ਕਿਸੇ ਜਲਦੀ ਸਰ ਹਾਂਜੀ ਬਿਲਕੁਲ ਭਾਅ ਜੀ ਨਾ ਕੀ ਬਈ ਤੁਹਾਡੀ ਮੇਰਾ ਨਾਮ ਗੋਤਾਖੋਰ ਪ੍ਰਗਟ ਸਿੰਘ ਮੈਂ 24 ਸਾਲਾਂ ਤੋਂ ਹਰਿਆਣਾ ਪੰਜਾਬ ਰਾਜਸਥਾਨ ਦੇ ਵਿੱਚ ਨਹਿਰਾਂ ਦੇ ਵਿੱਚ ਹਰ ਗਰੀਬ ਅਮੀਰ ਪਰਿਵਾਰਾਂ ਦੀ ਬਿਲਕੁਲ ਫ੍ਰੀ ਆਫ ਕੋਸਟ ਮਦਦ ਕਰਨਾ 2 ਦਿਨ ਪਹਿਲਾਂ ਪੰਜਾਬ ਦੇ ਅੱਬਲ ਖੁਰਾਣਾ ਪਿੰਡ 'ਚੋਂ ਮੈਸੇਜ ਮਿਲਿਆ ਸੀ ਕਿ ਉਹਨਾਂ ਦਾ ਇੱਕ 30 ਵਰਸ਼ੀ ਹੈ ਨੌਜਵਾਨ ਹੈ ਜੋ ਕਾਰ ਸਮੇਤ ਜੋ ਮਲੋਟ ਵਾਲੀ ਨਹਿਰ ਉਹਦੇ ਵਿੱਚ ਉਹਨੇ ਸੁਸਾਈਡ ਕਰ ਲਿਆ। ਕਾਰ ਦਾ ਵੀਡੀਓ ਵੀ ਅਸੀਂ ਵੇਖਿਆ, ਕਾਰ ਤੈਰਦੀ ਹੋਈ ਨਜ਼ਰ ਆ ਰਹੀ ਸੀ। ਅਤੇ ਕੱਲ੍ਹ ਆਪਣੀ ਟੀਮ ਸਾਥੀ ਰਾਜੀਵ, ਰਿੰਕੂ, ਬਲਵਿੰਦਰ ਸਿੰਘ ਔਰ ਜੋਨੀ ਦੇ ਨਾਲ ਇੱਥੇ ਪਹੁੰਚ ਕੇ ਸਾਂ। ਕੱਲ੍ਹ ਰਾਤ 7 ਵਜੇ ਗੱਡੀ ਅਸੀਂ ਟਰੇਸ ਕਰ ਲਈ ਸੀ ਔਰ ਅੰਧੇਰਾ ਕਾਫੀ ਹੋ ਚੁੱਕਿਆ ਸੀ, ਇਸ ਕਰਕੇ ਸਰਚ ਓਪਰੇਸ਼ਨ ਖਤਮ ਕਰਤਾ ਸੀ। ਲੇਕਿਨ ਅੱਜ ਸਵੇਰੇ ਫਿਰ ਰੈਸਕਿਊ ਸ਼ੁਰੂ ਕੀਤਾ ਗਿਆ। ਫਿਲਹਾਲ ਗੱਡੀ ਨੂੰ ਰੱਸੇ ਵਗੈਰਾ ਪਾ ਦਿੱਤੇ ਗਏ ਨੇ ਔਰ ਉਹਨੂੰ ਹੁਣ ਬਾਹਰ ਕੱਢਾਂਗੇ। ਉਹਦੇ ਅੰਦਰ ਲਾਸ਼ ਹੈ ਜਾਂ ਨਹੀਂ ਇਹ ਅਜੇ ਕਨਫਰਮ ਹੀ ਹੈ, ਗੱਡੀ ਬਾਹਰ ਨਿਕਲਣ ਤੋਂ ਬਾਅਦ ਇਹ ਚੀਜ਼ ਕਲੀਅਰ ਹੋ ਪਾਏਗੀ। ਸਰ ਕੀ ਮਾਮਲਾ, ਕੀ ਕੌਣ ਸੀ ਬੰਦਾ, ਕਿਸ ਤਰ੍ਹਾਂ ਏਕਮਦੀਪ ਮੁੰਡਾ ਹੈਗਾ, 28 ਸਾਲ 30 ਸਾਲ ਦੀ ਉਮਰ ਸੀ ਇਹਦੀ, ਅਬਲ ਖਰਾ ਦਾ ਰਹਿਣ ਵਾਲਾ ਸੀ। ਥੋੜ੍ਹਾ ਕੁ ਮੰਟਲੀ ਸ਼ਾਇਦ ਦਵਾਈ ਦਵੂਈ ਚੱਲਦੀ ਸੀ ਇਹਦੀ। ਸ਼ਨੀਵਾਰ ਨੂੰ ਇਹਦੀ ਇਹਦੀ ਕਾਰ ਆਊ ਵੱਡੀ ਰਸਤਾ ਨਹਿਰ ਟਿੱਗ ਪਈ ਸੀ। ਅੱਜ ਅਸੀਂ ਗੁੱਤਾਖੋਰ ਲਾ ਕੇ ਅਤੇ ਉਹਦੀ ਡੈਡ ਬੋਡੀ ਕਢਾ ਕੇ ਪੋਸਟ ਮਾਰਟਮ ਦੀ ਭੇਜ ਦਿੱਤੀ ਹੈ। ਬਸ ਉਹਦੇ ਮੌਕੇ 'ਤੇ ਉੱਥੇ ਆ ਗਏ ਸੀ। ਕਾਰ ਰਹਿੰਦੇ ਨੇ ਪਹਿਲੇ ਕਿਉਂ ਹੋਏ ਉਹਦੇ ਉਹ ਕਹਿੰਦਾ ਫਾਦਰ ਬੜੀ ਟੈਂਸ਼ਨ ਸੀਗਾ, ਇਸ ਕਰਕੇ ਉਹਨੂੰ ਜ਼ਿਆਦਾ ਕੋਸ਼ਿਸ਼ ਨਹੀਂ ਕੀਤੀ। ਜ਼ਰੂਰ ਜੀ ਸਰ, ਕੀ ਕਾਰਨ ਇਹਦਾ, ਕੀ ਇਹ ਨਾ ਜਿਸ ਤਰ੍ਹਾਂ ਵੀ ਉਹਨਾਂ ਦੇ ਪਰਿਵਾਰ 'ਚ ਬਿਆਨ ਲਿਖਾਉਣਗੇ, ਉਹਦੇ ਫਾਦਰ ਵੀ ਸੀਗੇ, ਉਹਦੇ ਸਹੁਰਾ ਸਾਹਿਬ ਵੀ ਸੀਗੇ ਉੱਥੇ, ਉਹ ਬਿਆਨਾਂ ਦੇ ਮੁਤਾਬਕ ਜੋ ਚੀਜ਼ ਸਾਹਮਣੇ ਆਉਂਦੀ ਉਹ ਨਸ਼ਰ ਕਰ ਦਿੱਤੀ। ਹਾਂਜੀ ਬਿਲਕੁਲ ਭਾਅ ਜੀ ਨਾ ਕੀ ਬਈ ਤੁਹਾਡੀ ਮੇਰਾ ਨਾਮ ਗੋਤਾਖੋਰ ਪ੍ਰਗਟ ਸਿੰਘ ਮੈਂ 24 ਸਾਲਾਂ ਤੋਂ ਹਰਿਆਣਾ ਪੰਜਾਬ ਰਾਜਸਥਾਨ ਦੇ ਵਿੱਚ ਨਹਿਰਾਂ ਦੇ ਵਿੱਚ ਹਰ ਗਰੀਬ ਅਮੀਰ ਪਰਿਵਾਰਾਂ ਦੀ ਬਿਲਕੁਲ ਫ੍ਰੀ ਆਫ ਕੋਸਟ ਮਦਦ ਕਰਨਾ। 2 ਦਿਨ ਪਹਿਲਾਂ ਪੰਜਾਬ ਦੇ ਅੱਬਲ ਖੁਰਾਣਾ ਪਿੰਡ 'ਚੋਂ ਮੈਸੇਜ ਮਿਲਿਆ ਸੀ ਕਿ ਉਹਨਾਂ ਦਾ ਇੱਕ 30 ਵਰਸ਼ੀ ਹੈ ਨੌਜਵਾਨ ਹੈ ਜੋ ਕਾਰ ਸਮੇਤ ਜੋ ਮਲੋਟ ਵਾਲੀ ਨਹਿਰ ਉਹਦੇ ਵਿੱਚ ਉਹਨੇ ਸੁਸਾਈਡ ਕਰ ਲਿਆ। ਕਾਰ ਦਾ ਵੀਡੀਓ ਵੀ ਅਸੀਂ ਵੇਖਿਆ, ਕਾਰ ਤੈਰਦੀ ਹੋਈ ਨਜ਼ਰ ਆ ਰਹੀ ਸੀ। ਅਤੇ ਕੱਲ੍ਹ ਆਪਣੀ ਟੀਮ ਸਾਥੀ ਰਾਜੀਵ, ਰਿੰਕੂ, ਬਲਵਿੰਦਰ ਸਿੰਘ ਔਰ ਜੋਨੀ ਦੇ ਨਾਲ ਇੱਥੇ ਪਹੁੰਚ ਕੇ ਸਾਂ। ਕੱਲ੍ਹ ਰਾਤ 7 ਵਜੇ ਗੱਡੀ ਅਸੀਂ ਟਰੇਸ ਕਰ ਲਈ ਸੀ ਔਰ ਅੰਧੇਰਾ ਕਾਫੀ ਹੋ ਚੁੱਕਿਆ ਸੀ, ਇਸ ਕਰਕੇ ਸਰਚ ਓਪਰੇਸ਼ਨ ਖਤਮ ਕਰਤਾ ਸੀ। ਲੇਕਿਨ ਅੱਜ ਸਵੇਰੇ ਫਿਰ ਰੈਸਕਿਊ ਸ਼ੁਰੂ ਕੀਤਾ ਗਿਆ। ਫਿਲਹਾਲ ਗੱਡੀ ਨੂੰ ਰੱਸੇ ਵਗੈਰਾ ਪਾ ਦਿੱਤੇ ਗਏ ਨੇ ਔਰ ਉਹਨੂੰ ਹੁਣ ਬਾਹਰ ਕੱਢਾਂਗੇ। ਉਹਦੇ ਅੰਦਰ ਲਾਸ਼ ਹੈ ਜਾਂ ਨਹੀਂ ਇਹ ਅਜੇ ਕਨਫਰਮ ਹੀ ਹੈ, ਗੱਡੀ ਬਾਹਰ ਨਿਕਲਣ ਤੋਂ ਬਾਅਦ ਇਹ ਚੀਜ਼ ਕਲੀਅਰ ਹੋ ਪਾਏਗੀ। ਸਰ ਕੀ ਮਾਮਲਾ, ਕੀ ਕੌਣ ਸੀ ਬੰਦਾ, ਕਿਸ ਤਰ੍ਹਾਂ ਏਕਮਦੀਪ ਮੁੰਡਾ ਹੈਗਾ, 28 ਸਾਲ 30 ਸਾਲ ਦੀ ਉਮਰ ਸੀ ਇਹਦੀ, ਅਬਲ ਖਰਾ ਦਾ ਰਹਿਣ ਵਾਲਾ ਸੀ। ਥੋੜ੍ਹਾ ਕੁ ਮੰਟਲੀ ਸ਼ਾਇਦ ਦਵਾਈ ਦਵੂਈ ਚੱਲਦੀ ਸੀ ਇਹਦੀ। ਸ਼ਨੀਵਾਰ ਨੂੰ ਇਹਦੀ ਇਹਦੀ ਕਾਰ ਆਊ ਵੱਡੀ ਰਸਤਾ ਨਹਿਰ ਟਿੱਗ ਪਈ ਸੀ। ਅੱਜ ਅਸੀਂ ਗੁੱਤਾਖੋਰ ਲਾ ਕੇ ਅਤੇ ਉਹਦੀ ਡੈਡ ਬੋਡੀ ਕਢਾ ਕੇ ਪੋਸਟ ਮਾਰਟਮ ਦੀ ਭੇਜ ਦਿੱਤੀ ਹੈ। ਬਸ ਉਹਦੇ ਮੌਕੇ 'ਤੇ ਉੱਥੇ ਆ ਗਏ ਸੀ। ਕਾਰ ਰਹਿੰਦੇ ਨੇ ਪਹਿਲੇ ਕਿਉਂ ਹੋਏ ਉਹਦੇ ਉਹ ਕਹਿੰਦਾ ਫਾਦਰ ਬੜੀ ਟੈਂਸ਼ਨ ਸੀਗਾ, ਇਸ ਕਰਕੇ ਉਹਨੂੰ ਜ਼ਿਆਦਾ ਕੋਸ਼ਿਸ਼ ਨਹੀਂ ਕੀਤੀ। ਜ਼ਰੂਰ ਜੀ ਸਰ, ਕੀ ਕਾਰਨ ਇਹਦਾ, ਕੀ ਇਹ ਨਾ ਜਿਸ ਤਰ੍ਹਾਂ ਵੀ ਉਹਨਾਂ ਦੇ ਪਰਿਵਾਰ 'ਚ ਬਿਆਨ ਲਿਖਾਉਣਗੇ, ਉਹਦੇ ਫਾਦਰ ਵੀ ਸੀਗੇ, ਉਹਦੇ ਸਹੁਰਾ ਸਾਹਿਬ ਵੀ ਸੀਗੇ ਉੱਥੇ, ਉਹ ਬਿਆਨਾਂ ਦੇ ਮੁਤਾਬਕ ਜੋ ਚੀਜ਼ ਸਾਹਮਣੇ ਆਉਂਦੀ ਉਹ ਨਸ਼ਰ ਕਰ ਦਿੱਤੀ।